ਇੱਕ ਪਾਸੇ ਰਾਜਨੀਤਿਕ ਟੀਮ ਹੈ ਤੇ ਦੂਜੇ ਪਾਸੇ ਜ਼ਿਲ੍ਹਾ ਪ੍ਰਸ਼ਾਸਨ ਦੀ ਟੀਮ ਹੈ ਆਹਮੋ-ਸਾਮne ਟੱਕਰ ਹੋਈ ਹੈ ਜਿਹੜੀਆਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਜਾਂ ਸਾਡਾ ਯੂਥ ਹੈ ਉਹ ਵੇਖੇ ਸਾਡੇ ਅਫਸਰ ਜਾਂ ਸਾਡੇ ਜਿਹੜੇ ਨੁਮਾਇੰਦੇ ਆ ਉਹ ਵੀ ਸਪੋਰਟਸ ਨੂੰ ਪਿਆਰ ਕਰਦੇ ਆ ਤੇ ਨਸ਼ਿਆਂ ਦੀ ਦਲਦਲ ਤੋਂ ਬਾਤ ਸਾਕਣ ਤਾਂ ਇੱਧਰ ਪ੍ਰੇਰਿਤ ਕਰਨ ਵਾਸਤੇ ਬਹੁਤ ਵਧੀਆ ਉਪਰਾਲਾ ਸੀ ਜੀ ਐਂਟੀ ਡਰੱਗ ਕੈਂਪੇਨ ਜਿਹੜੀ ਸਾਡੀ ਚੱਲ ਰਹੀ ਆ ਪ੍ਰਸ਼ਾਸਨ ਦੀ ਉਹਦੇ ਤਹਿਤ ਜਿਹੜਾ ਹੈਗਾ ਇਹ ਸਾਡਾ ਇਹ ਵੀ ਅੱਜ ਦਾ ਉਪਰਾਲਾ ਸੀਗਾ ਔਰ ਮੇਨ ਸਾਡਾ ਮਕਸਦ ਇਹ ਹੈ ਕਿ ਸਮਾਜ ਦੇ ਵਿੱਚ ਨੌਜਵਾਨਾਂ ਨੂੰ ਇਹ ਸੰਦੇਸ਼ ਦੇਣਾ ਕਿ ਜਿਹੜਾ ਹੈਗਾ ਗੇਮਸ ਤੇ ਸਪੋਰਟਸ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਓ ਆਮ ਤੌਰ ਤੇ ਇਹ ਹੁੰਦਾ ਹੈ ਕਿ ਰਾਜਨੀਤਿਕ ਪਾਰਟੀਆਂ ਜਿਹੜੇ ਆਗੂ ਹੁੰਦੇ ਉਹ ਸਿਰਫ ਆਉਂਦੇ ਆਦਗਠਨ ਕਰਕੇ ਜਾਂ ਨਾਮ ਵੰਡ ਕੇ ਚਲਾ ਜਾਂਦੇ ਨੇ ਪਰ ਇਸ ਵਾਰ ਪਹਿਲੀ ਵਾਰ ਹੀ ਹੋਇਆ ਕਿ ਰਾਜਨੀਤਿਕ ਆਗੂ ਜਿਹੜੇ ਖੁਦ ਖੇਡ ਰਹੇ ਆ ਕ੍ਰੈਕਟ ਦੀ ਜਿਹੜੇ ਮੈਚ ਤੁਸੀਂ ਬਹੁਤ ਦੇਖੇ ਹੋਣੇ ਆ ਪਰ ਫਰੀਦਕੋਟ ਦੇ ਵਿੱਚ ਜਿਹੜਾ ਮੈਚ ਤੁਹਾਨੂੰ ਵਲਖਣ ਦੇਖਣ ਨੂੰ ਮਿਲਿਆ ਹੈ ਇੱਕ ਪਾਸੇ ਰਾਜਨੀਤਿਕ ਪਾਰਟੀ ਹੈ ਇੱਕ ਪਾਸੇ ਰਾਜਨੀਤਿਕ ਟੀਮ ਹੈ ਤੇ ਦੂਜੇ ਪਾਸੇ ਜ਼ਿਲ੍ਹਾ ਪ੍ਰਸ਼ਾਸਨ ਦੀ ਟੀਮ ਹੈ ਆਹਮੋ ਸਾਹਮਣੇ ਟੱਕਰ ਹੋਈ ਹੈ ਤਾਂ ਤਸਵੀਰਾਂ ਤੁਹਾਨੂੰ ਦਿਖਾਉਣੇ ਆ ਤਾਂ ਐਮਐਲਏ ਅਮੋਲਕ ਨੇ ਜੈਤੋ ਜਿਨ੍ਹਾਂ ਦੇ ਨਾਂ ਤੇ ਐਮਐਲਏ ਲੈਵਨ ਜੈਤੋ ਤੇ ਨਾਲ ਡੀਸੀ ਫਰੀਦਕੋਟ ਵਿਨੀਤ ਕੁਮਾਰ ਜੀ ਡੀਸੀ 11 ਫਰੀਦਕੋਟ ਦੀ ਟੀਮ ਹੈ ਤਾ ਇਹਨਾਂ ਨੂੰ ਹੌਸਲਾ ਅਭਜਾਈ ਕਰਨ ਲਈ ਇੱਥੇ ਪਹੁੰਚੇ ਨੇ ਫਰੀਦਕੋਟ ਦੇ ਐਸਐਸਪੀ ਹਰਜੀਤ ਸਿੰਘ ਤੇ ਨਾਲ ਉਹਨਾਂ ਦੇ ਗੁਰਦਿੱਤ ਸਿੰਘ ਫਰੀਦਕੋਟ ਤੋਂ ਵਿਧਾਇਕ ਉਹ ਵੀ ਇੱਥੇ ਹੌਸਲਾ ਅਭਜਾਈ ਇਹਨਾਂ ਦੀ ਕਰਕੇ ਗਏ ਨੇ ਤਾਂ ਇਹ ਵੱਖਰੇ ਉਪਰਾਲੇ ਲਗਾਤਾਰ ਲੋਕਾਂ ਦੇ ਸਾਹਮਣੇ ਲਿਆਉਣ ਦਾ ਅਕਸਰ ਮਕਸਦ ਕੀ ਹੈ ਗੱਲਬਾਤ ਕਰਾਂਗੇ ਤੇ ਕਿਸ ਤਰੀਕੇ ਦੀ ਜਿਹੜਾ ਅੱਜ ਮਨੋਰੰਜਨ ਵੀ ਕਹਿ ਸਕਦੇ ਆ ਖੇਡ ਦੇ ਵਿੱਚ ਖੁਦ ਉਤਰੇ ਨੇ ਅਮੋਲਕ ਸਿੰਘ ਜੈਤੋ ਤੋਂ ਐਮਐਲਏ ਨੇ ਵਿਨੀਤ ਕੁਮਾਰ ਜੀ ਖੁਦ ਖੇਡੇ ਨੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸੁਖਜੀਤ ਢਿਲੋਂ ਖੁਦ ਖੇਡੇ ਨੇ ਤੇ ਚੇਅਰਮੈਨ ਜੈਤੋ ਤੋਂ ਉਹ ਖੁਦ ਖੇਡੇ ਨੇ ਤਾਂ ਐਸਐਚਓ ਤਾਂ ਜਾਂ ਪੁਲਿਸ ਜਿਹੜੇ ਹੋਰ ਮੁਲਾਜ਼ਮ ਅੱਜ ਸਿਵਲ ਪ੍ਰਸ਼ਾਸਨ ਦੇ ਮੁਲਾਜ਼ਮ ਵੀ ਅੱਜ ਇਸ ਟੀਮ ਦੇ ਵਿੱਚ ਉਹਨਾਂ ਨੇ ਹਿੱਸਾ ਲਿਆ ਗੱਲਬਾਤ ਕਰਦੇ ਆਂ ਮੁਲਕ ਜੀ ਸਭ ਤੋਂ ਪਹਿਲਾਂ ਤਾਂ ਮੁਬਾਰਕਾਂ ਦੇਵਾਂਗੇ ਕਿਉਂਕਿ ਬਹੁਤ ਵਧੀਆ ਅਪਰਾਲਾ ਦੇਖਣ ਨੂੰ ਮਿਲਿਆ ਫਰੀਦਕੋਟ ਇਕਬਾ ਡੀਸੀ ਸਾਹਿਬ ਦਾ ਇਨੀਸ਼ੀਏਟਿਵ ਹਰ ਲਿਆ ਇਹਨਾਂ ਨੇ ਸਾਰਾ ਇਹ ਮੈਚ ਦਾ ਸੋ ਮੇਰੇ ਹਿਸਾਬ ਨਾਲ ਇਹੋ ਜਿਹੇ ਉਪਰਾਲੇ ਹੋਣੇ ਚਾਹੀਦੇ ਆ ਤਾਂ ਕਿ ਜਿਹੜੀਆਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਜਾਂ ਸਾਡਾ ਯੂਥ ਹੈ ਉਹ ਵੇਖੇ ਸਾਡੇ ਅਫਸਰ ਜਾਂ ਸਾਡੇ ਜਿਹੜੇ ਨੁਮਾਇੰਦੇ ਆ ਉਹ ਵੀ ਸਪੋਰਟਸ ਨੂੰ ਪਿਆਰ ਕਰਦੇ ਆ ਤੇ ਨਸ਼ਿਆਂ ਦੀ ਦਲਦਲ ਤੋਂ ਬਾਤਸਾ ਕਰਨ ਤਾਂ ਇਧਰ ਪ੍ਰੇਰਿਤ ਕਰਨ ਵਾਸਤੇ ਬਹੁਤ ਵਧੀਆ ਉਪਰਾਲਾ ਸੀ ਮਾਈਂਡ ਦੇ ਵਿੱਚ ਕਿਵੇਂ ਆਇਆ ਫਿਰ ਇਹ ਸਾਰਾ ਇਹ ਇੱਕ ਡੀਸੀ ਸਾਹਿਬ ਨੇ ਡਿਨਰ ਅਰੇਂਜ ਕੀਤਾ ਸੀ ਬਹੁਤ ਵਧੀਆ ਉਸ ਦਿਨ ਗੱਲਬਾਤ ਹੋਈ ਤਾਂ ਡੀਸੀ ਸਾਹਿਬ ਵੀ ਕ੍ਰਿਕਟ ਖੇਡਦੇ ਆ ਮੈਂ ਵੀ ਇੰਟਰਨੈਸ਼ਨਲ ਪਲੇਅਰ ਆ ਤੇ ਇਸ ਕਰਕੇ ਡੀਸੀ ਸਾਹਿਬ ਕਹਿੰਦੇ ਚਲੋ ਆਪਾਂ ਇੱਕ ਮੈਚ ਦਾ ਅਰੇਂਜ ਕਰਦੇ ਆ ਉਹਦੇ ਨਾਲ ਚੰਗਾ ਮੈਸੇਜ ਜਾਊਗਾ ਤੁਹਾਡੀ ਜਿਹੜੀ ਟੀਮ ਸੀ ਉਹਦੇ ਵਿੱਚ ਰਾਜਨੀਤਿਕ ਪਾਰਟੀਆਂ ਦੇ ਤੁਹਾਡੇ ਆਗੂ ਜਿਹੜੇ ਮੌਜੂਦ ਦਿਖੇ ਆ ਕਿਹੜੇ-ਕਿਹੜੇ ਸੀ ਇੱਥੇ ਤੇ ਸੁਖਜੀਤ ਸਿੰਘ ਢਿਲਵਾਈ ਸਾਡੇ ਜ਼ਿਲ੍ਹਾ ਜੋ ਇਨਾ ਬੋਰਡ ਦੇ ਚੇਅਰਮੈਨ ਸੀਗੇ ਤੇ ਰਮਜੀਤ ਜੀ ਸੀਗੇ ਆਪਣਾ ਹਰ ਸਿਮਰਨ ਸੀਗਾ ਬਾਕੀ ਮੁਲਾਜ਼ਮ ਸੀ ਸਾਰੇ ਮਤਲਬ ਸਰਕਾਰੀ ਜਿਹੜੇ ਮੁਲਾਜ਼ਮਾਂ ਕੋਈ ਟੀਚਰ ਸੀਗਾ ਕੋਈ ਪੁਲਿਸ ਚ ਸੀਗਾ ਸੋ ਡੀਸੀ ਸਾਹਿਬ ਦੇ ਨਾਲ ਵੀ ਉਵੇਂ ਹੀ ਪ੍ਰਸ਼ਾਸਨ ਦੇ ਜਿਹੜੇ ਮੁਲਾਜ਼ਮ ਸੀ ਜਰਮਨ ਸਾਹਿਬ ਕਿਵੇਂ ਰਿਹਾ ਫਿਰ ਅੱਜ ਬਹੁਤ ਵਧੀਆ ਲੱਗਿਆ ਜੀ ਬਹੁਤ ਵਧੀਆ ਰਿਹਾ ਸਪੋਰਟ ਚ ਕਹਿੰਦੇ ਹੁੰਦੇ ਨਾ ਕਿ ਹਾਰਨਾ ਜਿੱਤਣਾ ਵੱਡੀ ਗੱਲ ਨਹੀਂ ਹੁੰਦੀ ਭਾਗ ਲੈਣਾ ਜ਼ਰੂਰੀ ਹੁੰਦਾ ਸੋ ਅਸੀਂ ਉਹ ਭਾਗ ਲਿਆ ਅਫਰਲਾ ਕੀਤਾ ਡੀਸੀ ਸਾਹਿਬ ਦਾ ਇਨੀਸ਼ੀਏਟਿਵ ਸੀ ਤੇ ਬੜਾ ਚੰਗਾ ਲੱਗ ਰਿਹਾ ਆਮ ਤੌਰ ਤੇ ਇਹ ਹੁੰਦਾ ਵੀ ਰਾਜਨੀਤਿਕ ਪਾਰਟੀਆਂ ਦੇ ਜਿਹੜੇ ਆਗੂ ਹੁੰਦੇ ਆ ਉਹ ਸਿਰਫ ਆਉਂਦੇ ਆ ਉਦਘਾਟਨ ਕਰਕੇ ਜਾਂ ਨਾਮ ਵੰਡ ਕੇ ਚਲਾ ਜਾਂਦੇ ਨੇ ਪਰ ਇਸ ਵਾਰ ਪਹਿਲੀ ਵਾਰ ਹੀ ਹੋਇਆ ਵੀ ਰਾਜਨੀਤਿਕ ਆਗੂ ਜਿਹੜੇ ਖੁਦ ਖੇਡ ਰਹੇ ਆ ਸੋ ਚੰਗਾ ਮੈਸੇਜ ਆਂਦਾ ਤੇ ਖਿਡਾਰੀਆਂ ਨੂੰ ਵੀ ਇਛਾ ਮਿਲਦਾ ਐਮਐਲ ਸਾਹਿਬ ਕਮੀ ਕਿੱਥੇ ਰਹਿ ਗਈ ਹੈ ਕਿਵੇਂ ਜ਼ਿਲ੍ਹਾ ਪ੍ਰਸ਼ਾਸਨ ਕਿਵੇਂ ਹੈਵੀ ਹੋ ਗਿਆ ਉਹਨਾਂ ਦੀ ਟੀਮ ਕਿਵੇਂ ਹੈਵੀ ਹੋ ਗਈ ਤੇ ਟੀਮ ਨਹੀਂ ਆਈ ਹੋਗੀ ਦੋਨੇ ਪਾਸੇ ਸਾਡੇ ਨਾਲ ਖੇਡਣ ਵਾਲੇ ਪਲੇਅਰ ਸੀਗੇ ਅਸੀਂ ਅਕਸਰ ਹੀ ਮੈਂ ਸ਼ੁਰੂ ਤੋਂ ਹੋਣ ਨਹੀਂ ਇਲੈਕਸ਼ਨ ਦੇ ਦਰਮਿਆਨ ਹੀ ਮੈਂ ਦੋ ਕੁ ਮਹੀਨੇ ਨਹੀਂ ਖੇਡਿਆ ਉਹ ਤੋਂ ਪਹਿਲਾਂ ਵੀ ਮੈਂ ਖੇਡਦਾ ਰਹਿੰਦਾ ਸੀ ਸੋ ਜਿੰਨੇ ਵੀ ਮੁੰਡੇ ਆ ਪੁਲਿਸ ਵਾਲੇ ਆ ਜਾਂ ਮੇਰੀ ਟੀਮ ਚ ਖੇਡੇ ਸੀ ਸਾਰੇ ਇਕੱਠੇ ਹੀ ਖੇਡਦੇ ਸੀ ਸੋ ਇਹ ਕੋਈ ਆਏ ਨਹੀਂ ਸੀਗਾ ਵੀ ਜ਼ਿਲ੍ਹਾ ਪ੍ਰਸ਼ਾਸਨ ਜਾਂ ਰਾਜਨੀਤੀ ਕੇ ਇੱਕ ਫ੍ਰੈਂਡਲੀ ਮੈਚ ਸੀਗਾ ਬਹੁਤ ਵਧੀਆ ਹੋਇਆ ਅੱਗੇ ਵੀ ਜਾਰੀ ਰੂਫ ਰਹੇ ਆ ਪਰਾਂ ਲਈ ਬਿਲਕੁਲ ਚੱਲਦਾ ਰਹੂਗਾ ਡੀਸੀ ਸਾਹਿਬ ਨਾਲ ਮੈਚ ਸਾਡੇ ਚੱਲਦੇ ਰਹਿਣਗੇ ਡੀਸੀ ਸਾਹਿਬ ਆਰਨੇ ਵਾਲੀ ਟੀਮ ਤੋਂ ਚਾਹੂਗੀ ਮੌਕਾ ਮਿਲੇ ਤੇ ਜਿਵੇਂ ਚਾਹਾਂਗੇ ਤਾਂ ਡੀ ਸਾਹਿਬ ਦਾ ਕਮੈਂਟ ਜ਼ਰੂਰ ਐਮਐਲ ਤੱਕ ਗਿਆ ਹੈ ਕਿ ਹਾਰਨੇ ਵਾਲੀ ਟੀਮ ਪੈ ਚਾਉਗੀ ਤਾਂ ਸਭ ਤੋਂ ਪਹਿਲਾਂ ਡੀ ਸਾਹਿਬ ਬਹੁਤ ਬਹੁਤ ਮੁਬਾਰਕਾਂ ਜੀ ਤੁਹਾਨੂੰ ਜੀ ਹਾਂ ਬਿਲਕੁਲ ਕਾਟੇ ਦੀ ਟੱਕਰ ਸੀਗੀ ਮਸਾ ਲਾਸਟ ਓਵਰ ਵਿੱਚ ਅਸੀਂ ਜیتے ਬਟ ਅਸੀਂ ਪਹਿਲੇ ਵੀ ਪੁਲਿਸ ਪ੍ਰਸ਼ਾਸਨ ਨੇ ਮੈਰਾਥਨ ਕੀਤੀ ਸੀ ਲਾਸਟ ਵੀਕ ਇਹ ਵੀ ਉਸੇ ਸ਼੍ਰੇਣਕਲਾ ਵਿੱਚ ਇੱਕ ਹੈਗੀ ਪਹਿਲ ਮੰਤਵ ਇਹ ਹੈ ਕਿ ਸਾਨੂੰ ਦੇਖ ਕੇ ਲੋਕੀ ਵੀ ਖੇਲਣ ਕਿਉਂਕਿ 스포츠 कैरेक्टर ਡਵਲਪ ਕਰਦਾ ਹੈਗਾ ਤੇ ਵਿਲ ਪਾਵਰ ਡਵਲਪ ਹੁੰਦੀ ਹੈਗੀ ਜਦੋਂ ਤੁਸੀਂ 스포츠 ਗਰਾਊਂਡ ਤੇ ਜਾਂਦੇ ਹੋ ਤੇ ਫਿਜ਼ੀਕਲੀ ਵੀ ਤੁਸੀਂ ਵੈਲ ਅੱਛਾ ਮੈਂ ਚੰਗਾ ਮਹਿਸੂਸ ਕਰਦੇ ਹੋ ਤੇ ਇਟ ਬਿਕਮਸ ਈਜ਼ੀਅਰ ਟੂ ਸੇ ਨੋ ਟੂ ਡਰੱਗਸ ਤੇ ਅਸੀਂ ਚਾਹਦੇ ਹਾਂ ਕਿ ਇਹ ਸਾਨੂੰ ਦੇਖ ਕੇ ਬਾਕੀ ਬੱਚੇ ਹਰ ਇੱਕ ਉਮਰ ਦੇ ਬੰਦੇ ਇਸ სპੋਰਟ ਸ਼ੁਡ ਨਾਟ ਬੀ ਰਿਮੇਨ ਟੂ ਓਨਲੀ ਯੰਗ ਪੀਪਲ ਤੇ ਅਸੀਂ ਚਾਹਾਂਗੇ ਕਿ ਇਸ ਨੂੰ ਦੇਖ ਕੇ ਲੋਕ ਕਿ ਪ੍ਰੇਰਿਤ ਹੋਣ ਉਹ ਖੇល ਅਸੀਂ ਨਾਲ ਜਿੱਤ ਆ ਅਸੀਂ ਨਾਲ ਜਿੱਤੀ ਹੈ ਸੈਕਿੰਡ ਬੈਟਿੰਗ ਸੀਗੀ ਆਈ ਥਿੰਕ 6-7 ਵਿਕਟਸ ਸੇ ਜੀਤੇਗੇ ਅਸੀਂ

ਤੇ ਬਾਕੀ ਡੀਸੀ ਆਫਿਸ ਤੇ ਸੀਗੇ ਆਉਣ ਵਾਲੇ ਸਮੇਂ ਚ ਯਾਰੀ ਰੂ ਫਿਰ ਕਰਾਂਗੇ ਜ਼ਰੂਰ ਕਰਾਂਗੇ ਤੇ یہاں ਆਣ ਸੇ ਸਾਨੂੰ ਇਹ ਵੀ ਪਤਾ ਚੱਲਦਾ ਹੈ ਕਿ ਕੀ ਕਮੀ ਹੈ ਅਸੀਂ ਸਪੋਰਟਸ ਡਿਪਾਰਟਮੈਂਟ ਨੂੰ ਹੋਰ ਕੀ ਕਰਨਾ ਚਾਹੀਦਾ ਆਏਗਾ ਖਿਡਾਰੀਆਂ ਲਈ ਜਿਨ੍ਹਾਂ ਨੇ ਹਰ ਦਿਨ ਖੇਡਣਾ ਹੁੰਦਾ ਹੈ ਅਸੀਂ ਉਸ ਉਸ ਲਈ ਵੀ ਕੁਝ ਪ੍ਰੋਪੋਜ਼ਲ ਬਣਾ ਕੇ ਫੰਡਿੰਗ ਇਧਰ ਕਰਕੇ ਅਸੀਂ ਖੇਡ ਮੈਦਾਨ ਨੂੰ ਹੋਰ ਅੱਛਾ ਕਰਾਂਗੇ ਖਾਸ ਕਰਕੇ ਨੌਜਵਾਨਾਂ ਤੱਕ ਬਹੁਤ ਵੱਡਾ ਮੈਸੇਜ ਜਾਂਦਾ ਜਿਵੇਂ ਹੁਣ ਪਿਛਲੇ ਸਮੇਂ ਦੇ ਵਿੱਚ ਜ਼ਿਲ੍ਹਾ ਪੁਲਿਸ ਤੇ ਸਿਵਲ ਪ੍ਰਸ਼ਾਸਨ ਵੱਲੋਂ ਸਾਈਕਲਿੰਗ ਦਾ ਇੱਕ ਪਰਾਲਾ ਕੀਤਾ ਗਿਆ ਸੀਗਾ ਰੰਗ ਦੀ ਜਿਹੜੀ ਮੈਰਾਥਨ ਦੌੜ ਦਾ ਕੀਤਾ ਗਿਆ ਸੀਗਾ ਸਾਈਕਲਿੰਗ ਵੀ ਕਰਾਂਗੇ ਮੇਬੀ ਇੱਕ ਫੁੱਟਬਾਲ ਮੈਚ ਵੀ ਕਰਾਂਗੇ ਖਿਡਾਰੀ ਵੀ ਅੱਛੇ ਰਹਿੰਦੇ ਹੈਗੇ ਪੁਲਿਸ ਪੁਲਿਸ ਦੇ محکمہ ਦੇ ਬੰਦੇ ਹੈਗੇ ਸਟ੍ਰੈਸਫੁੱਲ ਰਹਿੰਦਾ ਹੈਗਾ ਔਰ ਡੇ ਟੂ ਡੇ ਆਫਿਸ ਲਾਈਫ ਤੇ ਇਸ ਰਾਂਹੀ ਉਹ ਵੀ اچھا ਮਹਿਸੂਸ ਕਰਦੇਗੇ ਉਹ ਵੀ ਆਪਣੇ ਆਫਿਸ ਮੇਂ ਜਿਆਦਾ ਦੇ ਸਕਦੇਗੇ ਕਮ ਵੈਨ ਦੇ ਆਰ ਹੈਪੀ ਐਂਡ ਹੈਲਦੀ ਸੋ ਆਈ ਥਿੰਕ ਇਹ ਵੀ ਇੱਕ ਅੱਛਾ ਮੈਸੇਜ ਹੋਊਗਾ ਐਸਐਸਪੀ ਹਰਜੀਤ ਸਿੰਘ ਤਾਂ ਅੱਜ ਸਿਰਫ ਹੌਸਲਾ ਵਧਾਈ ਦੇਣ ਲਈ ਪਹੁੰਚੇ ਆ ਜਾਂ ਉੱਤਰੀ ਸੀ ਗਰਾਊਂਡ ਚ ਮੈਂ ਡੀਸੀ 11 ਦੀ ਟੀਮ ਵੱਲੋਂ ਇੱਥੇ ਆਇਆ ਤੇ ਇਹਨਾਂ ਨੂੰ ਸਾਰੇ ਖਿਡਾਰੀਆਂ ਦਾ ਹੌਸਲਾ ਅਫਜ਼ਾਈ ਕੀਤੀ ਤੇ ਮੇਰਾ ਜਿਹੜਾ ਫੋਟੋਗ੍ਰਾਫੀ ਦਾ ਹੌਬੀ ਹੈ ਉਲੀ ਮੈਨੂੰ ਪੂਰਾ ਕਰਨ ਦਾ ਅੰਦਾਜ਼ ਐਸੇ ਫੋਟੋਗ੍ਰਾਫਰ ਸੀ ਅੱਜ ਫਿਰ ਹਾਂਜੀ ਤੇ ਇਹ ਇਸ ਤੋਂ ਇਲਾਵਾ ਜਿਹੜਾ ਹੈਗਾ ਇਹ ਡੀਸੀ ਸਾਹਿਬ ਦਾ ਜਿਹੜਾ ਇਹ ਉਪਰਾਲਾ ਉਹਦੇ ਵਿੱਚ ਪੁਲਿਸ ਦੇ ਜਿਹੜੇ ਹੈਗੇ ਕੁਝ ਅਧਿਕਾਰੀਆਂ ਨੇ ਜਿਹੜਾ ਹੈਗਾ ਡੀਸੀ ਸਾਹਿਬ ਦੀ ਟੀਮ ਦੇ ਵਿੱਚ ਤੇ ਐਮਐਲਏ ਸਾਹਿਬ ਦੀ ਟੀਮ ਦੇ ਵਿੱਚ ਜਿਹੜਾ ਹੈਗਾ ਆਪਣਾ ਰੋਲ ਨਿਭਾਇਆ ਤੇ ਇਹ ਇਹੋ ਜਿਹੇ ਜਿਹੜੇ ਅਸੀਂ ਜਿਹੜੇ ਖੇਡ ਟੂਰਨਾਮੈਂਟਸ ਨੇ ਪ੍ਰਸ਼ਾਸਨ ਮਲੋਂ ਇਹ ਹੋਰ ਕਰਾਵਾਂਗੇ ਡੀਸੀ ਸਾਹਿਬ ਦੇ ਨਾਲ ਜਿਹੜਾ ਸਾਡਾ ਪਲਾਨ ਬਣਿਆ ਹੋਇਆ ਹੈ ਐਂਟੀ ਡਰੱਗ ਕੈਂਪੇਨ ਜਿਹੜੀ ਸਾਡੀ ਚੱਲ ਰਹੀ ਹੈ ਪ੍ਰਸ਼ਾਸਨ ਦੀ ਉਹਦੇ ਤਹਿਤ ਜਿਹੜਾ ਹੈਗਾ ਇਹ ਸਾਡਾ ਇਹ ਵੀ ਅੱਜ ਦਾ ਉਪਰਾਲਾ ਸੀਗਾ ਔਰ ਮੇਨ ਸਾਡਾ ਮਕਸਦ ਇਹ ਹੈ ਕਿ ਸਮਾਜ ਦੇ ਵਿੱਚ ਨੌਜਵਾਨਾਂ ਨੂੰ ਇਹ ਸੰਦੇਸ਼ ਦੇਣਾ ਕਿ ਜਿਹੜਾ ਹੈਗਾ ਗੇਮਸ ਤੇ ਸਪੋਰਟਸ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਓ ਜੇਕਰ ਅਸੀਂ ਅੱਜ ਇਸ ਉਮਰ ਦੇ ਵਿੱਚ ਸਪੋਰਟਸ ਨੂੰ ਗਲੇ ਲਗਾ ਰਹੇ ਆ ਜਾਂ ਖੇਡ ਰਹੇ ਆ ਡੀਸੀ ਸਾਹਿਬ ਨੇ ਜਿਵੇਂ ਬਹੁਤ ਜਿਹੜਾ ਹੈਗਾ ਉਹਨਾਂ ਨੇ ਬੜੀ ਸਕਿਲਫੁਲ ਤਰੀਕੇ ਦੇ ਨਾਲ 43 ਰਨਾਂ ਦੀ ਪਾਰੀ ਖੇਡੀ ਤੇ ਬੋਲਿੰਗ ਵੀ ਉਹਨਾਂ ਨੇ ਬਹੁਤ ਵਧੀਆ ਕੀਤੀ ਤੇ ਇਹ ਇੱਕ ਤਰੀਕੇ ਨਾਲ ਨੌਜਵਾਨਾਂ ਨੂੰ ਜ਼ਿਲ੍ਹੇ ਦੇ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਸੰਦੇਸ਼ ਹੈ ਕਿ ਜਿਵੇਂ ਕਿ ਉਹਨਾਂ ਦੇ ਅਫਸਰ ਇੰਨਾ ਵਧੀਆ ਸਪੋਰਟਸ ਕਰ ਰਹੇ ਨੇ ਤੇ ਜੀਵਨ ਦੇ ਵਿੱਚ ਚੰਗੀਆਂ ਆਤਾਂ ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਢਾਲੀਆਂ ਨੇ ਇਸੇ ਤਰੀਕਾ ਹਰ ਇੱਕ ਨੌਜਵਾਨ ਨੂੰ ਚੰਗੀਆਂ ਆਤਾਂ ਪਾਲੀਆਂ ਚਾਹੀਦੀਆਂ ਤਾਂ ਕਿ ਉਹ ਕ੍ਰਾਈਮ ਵਾਲੇ ਪਾਸੇ ਨੂੰ ਨਾ ਜਾਣ ਜਾਂ ਜ ਜਿੱਦਾਂ ਇਹ ਨਸ਼ਾ ਕਰਦੇ ਨੇ ਜਾਂ ਕੋਈ ਹੋਰ ਗਲਤ ਕੰਮ ਕਰਦੇ ਨੇ ਉਸ ਪਾਸੇ ਨੂੰ ਨਾ ਜਾਣ ਸਰ ਇਹ ਜਿਵੇਂ ਹੁਣ ਫਰੀਦਕੋਟ ਦੇ ਵਿੱਚੋਂ ਪੂਰੇ ਪੰਜਾਬ ਦੇ ਵਿੱਚ ਬਹੁਤ ਵਧੀਆ ਮੈਸੇਜ ਆ ਰਿਹਾ ਹੈ ਕਿਉਂਕਿ ਸਾਨੂੰ ਵੀ ਫੋਨ ਆਉਂਦੇ ਆ ਯਾਰ ਫਰੀਦਕੋਟ ਦਾ ਪੁਲਿਸ ਤੇ ਸਿਵਲ ਪ੍ਰਸ਼ਾਸਨ ਬੜੀ ਵਧੀਆ ਚੰਗਾ ਕੰਮ ਕਰ ਰਿਹਾ ਹੈ ਜਿਵੇਂ ਪਹਿਲਾਂ ਮੈਂ ਤਾਂ ਗੱਲ ਕੀਤੀ ਹੈ ਸਾਈਕਲਿੰਗ ਦੀ ਮੈਰਾਥਨ ਦੌੜ ਦੀ ਹੁਣ ਅੱਜ ਇਹ ਵੀ ਇਵੈਂਟ ਕੀਤਾ ਹੈ ਜਿਵੇਂ ਹੁਣ ਐਮਐਲਏ ਸਾਹਿਬ ਨੇ ਕਿਹਾ ਕਿ ਜੇ ਅਸੀਂ ਦੂਜਾ ਡਿਨਰ ਕਰਦੇ ਸੀ ਉਦੋਂ ਸਲਾਹ-ਮਸ਼ਵਰਾ ਕੀਤਾ ਫਿਰ ਐ ਜਦੋਂ ਇਕੱਠੇ ਹੁੰਨੇ ਆ ਫਿਰ ਸਲਾਹ-ਮਸ਼ਵਰਾ ਕਰਦੇ ਆ ਵੀ ਅਗਲਾ ਇਵੈਂਟ ਕਿਹੜਾ ਹੋਊਗਾ ਨਹੀਂ ਦੇਖੋ ਜਿਹੜੇ ਸਾਡੇ ਪੋਲਿਟੀਕਲ ਰਿਪ੍ਰੈਜ਼ੈਂਟੇਟਿਵ ਉਹ ਸਮਾਜ ਦੇ ਵਿੱਚੋਂ ਆਏ ਨੇ ਪੁਲਿਸ ਅਫਸਰ ਸਮਾਜ ਚੋਂ ਆਏ ਨੇ ਡੀਸੀ ਆਫਿਸ ਦੇ ਜਿਹੜੇ ਕਰਮਚਾਰੀ ਨੇ ਉਹ ਇਸੇ ਸਮਾਜ ਦਾ ਹਿੱਸਾ ਨੇ ਸੋ ਇਹ ਸਾਡਾ ਸਾਰਿਆਂ ਦਾ ਇੱਕ ਸਾਂਝਾ ਉਪਰਾਲਾ ਹੈ ਜਿਹਦੇ ਚ ਕਿ ਅਸੀਂ ਹਰ ਇੱਕ ਕੰਮ ਜਿਹੜਾ ਹੈਗਾ ਇੱਕ ਸਾਂਝ ਦੇ ਤੌਰ ਤੇ ਕਰਦੇ ਆਂ ਡੀਸੀ ਸਾਹਿਬ ਵੱਲੋਂ ਲਾਅ ਐਂਡ ਆਰਡਰ ਸਿਚੁਏਸ਼ਨਸ ਦੇ ਵਿੱਚ ਜਿਹੜਾ ਹੈਗਾ ਫਰੀਦਕੋਟ ਚ ਬਹੁਤ ਜਿਹੜੀ ਹੈਗੀ ਫਰੀਦਕੋਟ ਪੁਲਿਸ ਨੇ ਮਦਦ ਕੀਤੀ ਗਈ ਜਿਹੜੇ ਇਹੋ ਜਿਹਿਆਂ ਐਗਜ਼ੈਂਪਲ ਹਨੇ ਜਦੋਂ ਤੋਂ ਡੀਸੀ ਸਾਹਿਬ ਇੱਥੇ ਆਏ ਨੇ ਤੇ ਇਹ ਜਿਹੜਾ ਹੈਗਾ ਸਿਵਲ ਪ੍ਰਸ਼ਾਸਨ ਤੇ ਪੁਲਿਸ ਪ੍ਰਸ਼ਾਸਨ ਤੇ ਆਪਣਾ ਜਿਹੜੇ ਪੋਲਿਟੀਕਲ ਰਿਪਰੈਜ਼ੈਂਟੇਟਿਵਸ ਨੇ ਉਹ ਜੇ ਮਿਲ ਕੇ ਚੱਲਣ ਤਾਂ ਕੋਈ ਕਿਸੇ ਵੀ ਮੁਸ਼ਕਲ ਦਾ ਹੱਲ ਜਿਹੜਾ ਹੈਗਾ ਆਪਾਂ ਵਧੀਆ ਤਰੀਕੇ ਨਾਲ ਕਰ ਸਕਦੇ ਆਂ ਡੀ ਸਾਹਿਬ ਇੱਕ ਵਾਰੀ ਫੇਰ ਬਹੁਤ ਬਹੁਤ ਮੁਬਾਰਕਾਂ ਅਗਲਾ ਈਵੈਂਟ ਸੋਚ ਲਿਆ ਫਿਰ ਕਿਹੜਾ ਹੁਣ ਆਈ ਥਿੰਕ ਅਸੀਂ ਉਹਨਾਂ ਨੂੰ ਇੱਕ ਟਾਈਮ ਇੱਕ ਟਾਈਮ ਇੱਕ ਮੌਕਾ ਦੇਵਾਂਗੇ ਜੀਤਣ ਲਈ ਉਸਕੇ ਬਾਅਦ ਵਿੱਚ ਦੁਬਾਰਾ ਫਿਰ ਵੇਖਾਂਗੇ ਹਾਂ ਇੱਕ ਮੌਕਾ ਦੇਣੀਆਂ ਹਾਂ ਹਾਂ ਇੱਕ ਮੌਕੇ ਚਾਹੀਦਾ ਸਾਨੂੰ ਸੋਧੂ ਮਗਰ ਹਣੀ ਪਹਿਲਾਂ ਵੀ ਇੱਕ ਮੌਕਾ ਮਿਲਿਆ ਹਾਂ ਫੇਰ ਅਸੀਂ ਦਿਸ ਹੈ ਅਸੀਂ ਜਿੱਤ ਨਹੀਂ ਦਿੰਦੇ ਤੁਹਾਡੀ 2017 ਵਾਲੀ ਪਾਰੀ ਸੀ ਨਾ ਥੋੜੀਆਂ ਕਮੀ ਰਹਿ ਗਈ ਸੀ ਹੁਣ 2022 ਵਾਲਾ ਇਹ ਦੂਮਗਰ ਹਣੀ ਜਿੱਤਣ ਦਿੰਦੇ ਸੀ ਇੱਕ ਮੌਕਾ ਹੀ ਫਾਲ ਦਿੰਦੇ ਸੀ ਕੀ ਬਾਤ ਆ ਇਹ ਸਨ ਐਮਐਲਏ ਜੈਤੋ ਅਮੋਲਕ ਸਿੰਘ ਡੀਸੀ ਫਰੀਦਕੋਟ ਵਨੀਤ ਕੁਮਾਰ ਤੇ ਨਾਲ ਐਸਐਸਪੀ ਹਰਜੀਤ ਸਿੰਘ ਇਸ ਤੋਂ ਪਹਿਲਾਂ ਗੁਰਦੇਵ ਸਿੰਘ ਸੇਖੋਂ ਵੀ ਇੱਥੇ ਪਹੁੰਚੇ ਸਨ ਤਾਂ ਅੱਜ ਇੱਕ ਕ੍ਰਿਕਟ ਦਾ ਮੈਚ ਇੱਥੇ ਹੋਇਆ ਹੈ ਤਾਂ ਕ੍ਰਿਕਟ ਦੇ ਮੈਚ ਦੇ ਵਿੱਚ ਤੁਹਾਨੂੰ ਦੱਸ ਦਿੰਨੇ ਆ ਕਿ ਇੱਕ ਪਾਸੇ ਡੀਸੀ 11 ਫਰੀਦਕੋਟ ਦੂਜੇ ਪਾਸੇ ਐਮਐਲਏ ਜੈਤੋ 11 ਆਈਟੀਆ ਤਾਂ ਦੋਨਾਂ ਦਾ ਆਪਸੀ ਟੱਕਰ ਸੀ ਤਾਂ ਦੋਨਾਂ ਦੇ ਵਿੱਚ ਹੀ ਉਧਰ ਜੇ ਆਪਾਂ ਗੱਲ ਕਰੀਏ ਤਾਂ ਮੁਲਾਜ਼ਮ ਸੀਗੇ ਐਸਐਚਓ ਸੀਗੇ ਤੇ ਨਾਲ ਚੇਅਰਮੈਨ ਮੰਡੀ ਬੋਰਡ ਦੇ ਚੇਅਰਮੈਨ ਜ਼ਿਲ੍ਹਾ ਜੋਗਰ ਬੋਰਡ ਦੇ ਚੇਅਰਮੈਨ ਤਾਂ ਇਧਰਲੇ ਪਾਸੇ ਵੀ ਜਿਹੜੇ ਸਿਵਲ ਤੇ ਪੁਲਿਸ ਦੇ ਜਿਹੜਾ ਪ੍ਰਸ਼ਾਸਨ ਦੇ ਮੁਲਾਜ਼ਮ ਇਸ ਸਕੀਮ ਦੇ ਵਿੱਚ ਉਹਨਾਂ ਨੇ ਹਿੱਸਾ ਲਿਆ ਤਾਂ ਫਿਲਹਾਲ ਜੇ ਆਪਾਂ ਗੱਲ ਕਰੀਏ ਤਾਂ ਡੀਸੀ 11 ਫਰੀਦਕੋਟ ਨੇ ਜਿਹੜੀ ਇਹ ਬਾਜ਼ੀਮਾਰੀ ਹੈ ਜੇ ਤਾਸਲ ਕੀਤੀ ਹੈ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਵੀ ਇਵੈਂਟ ਹੈ ਜਿਹੜਾ ਲਗਾਤਾਰ ਜਾਰੀ ਰਹਿਣਗੇ ਤਾਂ ਫਰੀਦਕੋਟ ਦਾ ਜ਼ਿਲ੍ਹਾ ਤੇ ਸਿਵਲ ਪ੍ਰਸ਼ਾਸਨ ਦਾ ਬਹੁਤ ਵਧੀਆ ਮੈਸੇਜ ਹੈ ਜਿਹੜਾ ਪੂਰੇ ਪੰਜਾਬ ਦੇ ਵਿੱਚ ਲਗਾਤਾਰ ਜਾ ਰਿਹਾ ਹੈ ਤਾਂ ਨਾਲ ਇਸ ਵਾਰ ਜਿਹੜਾ ਪੋਲੀਟੀਕਲ ਦੀ ਪਾਰਟੀ ਵੀ ਸਹਿਮਤ ਹੋਈ ਹੈ ਉਹਨਾਂ ਨੇ ਵੀ ਹਿੱਸਾ ਲਿਆ ਤਾਂ ਦੇਖਦੇ ਹਾਂ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਫਰੀਦਕੋਟ ਤੋਂ ਹੋਰ ਕਿਸ ਤਰੀਕੇ ਦੇ ਇਵੈਂਟ ਦੇਖਣ ਨੂੰ ਮਿਲਣਗੇ ਗੁਰਜੀਤ ਸਿੰਘ ਰਮਣਾ D5 ਚੈਨਲ ਪੰਜਾਬੀ ਫਰੀਦਕੋਟ ਨਿਰਧਰ ਹਾਂ ਨਿਰਪੱਖ ਰਹਾਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹਕੂਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਥੋੜੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੀ ਹਰ ਪਹਿਲੂ ਤੇ ਰੋਜ਼ ਚਰਚੇ ਫੁੱਲਾਂਗੇ ਅੰਦਰੋਂ ਨੀਰਾਦ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਮਨੁਨੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਹ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ ਡੀ5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਰ ਸਿਹਤ और संस्कृति की होगी बात अब D5 चैनल हिंदी भी होगा सर D5 चैनल पंजाबी अपनी धरती अपने लोग ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਕੁਲਰਾਜ ਚੰਦਾਵਾ ਤੇ ਤੁਸੀਂ ਵੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਹੁਣ ਕੈਨੇਡਾ ਵਿੱਚ